ਇੱਥੇ ਗਰਾਊਂਡ ਤਿਆਰ ਕਰਦੇ ਸੀਗੇ ਅਤੇ ਉਦੋਂ ਇੱਥੇ ਲਿਫਾਫਾ ਪਿਆ ਸੀ ਇਸ ਤਰ੍ਹਾਂ ਦਾ ਕਵਰ ਪਲਾਸਟਿਕ ਲਿਫਾਫਾ ਉਹਦੇ ਨਾਲ ਨੇੜੇ ਤੇੜੇ ਕੁੱਤੇ ਫਿਰਦੇ ਸੀਗੇ ਜਦੋਂ ਕੁੱਤੇ ਵੇਖੇ ਨਾ ਤਾਂ ਉੱਥੇ ਜਦੋਂ ਭਜਾਇਆ ਤਾਂ ਕੋਈ ਲਿਫਾਫੇ ਨੂੰ ਖੂਨ ਲੱਗਿਆ ਵਾ ਸੀ ਖੂਨ ਲੱਗਿਆ ਦੇਖ ਕੇ ਅਤੇ ਮੈਂ ਲਿਫਾਫਾ ਜਦੋਂ ਖੋਲ੍ਹਿਆ ਤਾਂ ਵਿੱਚ ਉਹਨਾਂ ਨਵਜਾਤ ਭਰੂਣ ਮਿਲਿਆ ਬੱਚੀ ਦਾ ਹੈ ਵੇਖਣ 'ਚ ਪੂਰਾ ਬਣਿਆ ਵਾ ਐਂ ਲੱਗਦਾ ਜਿਵੇਂ 5-6 ਮਹੀਨੇ ਦਾ ਮਤਲਬ ਬੱਚਾ ਹੋਵੇ ਅਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹਨੇ ਵੀ ਪਾਪ ਕੀਤਾ ਨਾ ਪ੍ਰਸ਼ਾਸਨ ਉਹਦੇ ਖਿਲਾਫ਼ ਵੱਧ ਤੋਂ ਵੱਧ ਕਾਰਵਾਈ ਕਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਿਨੌਣੀਆਂ ਆਪਣੇ ਸਮਾਜ ਦੇ ਵਿੱਚ ਹਰਕਤਾਂ ਹੋ ਰਹੀਆਂ ਨਾ ਇਹਨਾਂ 'ਤੇ ਨਜੱਠ ਪਾਈ ਜਾਵੇ ਇੱਕ ਬੱਚੀ ਦੇ 5-6 ਮਹੀਨੇ ਦੇ ਬੱਚੀ ਦਾ ਆਹ ਹਾਲਾਤ ਕਰਕੇ ਲਿਫਾਫੇ 'ਚ ਪਾ ਕੇ ਸੁੱਟਿਆ ਗਿਆ ਜੇਕਰ ਅਸੀਂ ਨਾ ਹੋਰ 2 ਮਿੰਟ ਵੇਖਦੇ ਤਾਂ ਸ਼ਾਇਦ ਇਹਨੂੰ ਕੁੱਤੇ ਵੀ ਖਾ ਜਾਂਦੇ ਪਰ ਇਹੀ ਮੰਗ ਕਰਦੇ ਹਾਂ ਅਸੀਂ ਗਰਾਊਂਡ ਤਿਆਰ ਕਰਦੇ ਸਾਰੇ ਜਿੰਨੇ ਪਲੇਅਰ ਆ ਕਿ ਵੱਧ ਤੋਂ ਵੱਧ ਕਿ ਮਤਲਬ ਇਸ ਚੀਜ਼ 'ਤੇ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਇਹਦੇ ਖਿਲਾਫ਼ ਪੂਰਾ ਸਖ਼ਤ ਹੋਵੇ ਜਿਹੜੇ ਵੀ ਹੋਸਪਿਟਲ ਤੋਂ ਜਿੱਥੋਂ ਵੀ ਇਹ ਕਾਰਵਾਈ ਹੋਈ ਹੈ ਨਾ ਵੱਧ ਤੋਂ ਵੱਧ ਇਹਦੀ ਇਨਵੈਸਟੀਗੇਟਿੰਗ ਕਰਕੇ ਇਹਦੇ ਖਿਲਾਫ਼ ਪੂਰਾ ਕਾਰਵਾਈ ਕੀਤੀ ਜਾਵੇ ਬਹੁਤ ਮੰਦਭਾਗੀ ਘਟਨਾ ਆ ਇਹ ਕੰਮ ਬਹੁਤ ਜ਼ਿਆਦਾ ਗਲਤ ਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਆਸੇ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ CCTV ਕੈਮਰਾ ਹੋਏਗਾ ਅਤੇ ਅਗਰ ਤਫਤੀਸ਼ ਹੋਵੇ ਚੰਗੀ ਤਰ੍ਹਾਂ ਤਾਂ ਪਤਾ ਲੱਗ ਸਕਦਾ ਵੀ ਇਹ ਕੰਮ ਕਿਹਦਾ ਆ ਅਤੇ ਸਖ਼ਤ ਤੋਂ ਸਖ਼ਤ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਐਕਸ਼ਨ ਹੋਣਾ ਚਾਹੀਦਾ ਸਾਡੀ ਇਹੀ ਮੰਗ ਹੈ ਤੁਹਾਡੇ ਥਰੂ ਵੀ ਇਹ ਸਭ ਤੱਕ ਤੁਸੀਂ ਪਹੁੰਚਦੀ ਕਰੋ ਵੀਡੀਓ ਅਤੇ ਸਭ ਸਖ਼ਤ ਤੋਂ ਸਖ਼ਤ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਇਹ ਲਗਭਗ 1 ਘੰਟਾ ਪਹਿਲਾਂ ਸਾਨੂੰ ਸੂਚਨਾ ਮਿਲੀ ਸਾਡੇ ਸਟੇਡੀਅਮ ਦੇ ਸਰਦਾਰ ਜੀ ਦਾ ਫੋਨ ਆਇਆ ਕਿ ਇੱਕ ਭਰੂਣ ਜੋ ਕਿ 5-6 ਮਹੀਨੇ ਦਾ ਬੱਚਾ ਹੈ ਜਿਹਨੂੰ ਕੁੱਤੇ ਨੂੰ ਨੋਚ ਰਹੇ ਨੇ ਅਤੇ ਉਹਨਾਂ ਨੂੰ ਰੋਕਿਆ ਗਿਆ ਅਤੇ ਕੁੱਤੇ ਉਹਨਾਂ ਨੂੰ ਲਿਫਾਫੇ 'ਚੋਂ ਜੋ ਦੇਖਿਆ ਗਿਆ ਉਹਦੇ ਬਲੱਡ ਆ ਰਿਹਾ ਸੀ ਉਹਨਾਂ ਲਿਫਾਫੇ 'ਚੋਂ ਕੱਢ ਕੇ ਬਾਹਰ ਅਤੇ ਭਰੂਣ ਨੂੰ ਬਾਹਰ ਕੱਢਿਆ ਅਤੇ ਸਾਨੂੰ ਨਰਸ ਸੇਵਾ ਐਂਬੂਲੈਂਸ ਨਾਲ ਸੂਚਿਤ ਕੀਤੀ ਅਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਸਾਨੂੰ 1 ਘੰਟਾ ਖੜਾ ਹੋ ਗਿਆ ਹਾਲੇ ਤੱਕ ਪੁਲਿਸ ਕੋਈ ਨਹੀਂ ਪਹੁੰਚੀ ਆਪਣੇ ਤੁਹਾਡੇ ਮਾਧਿਅਮ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਪੰਗੂੜਾ ਵੀ ਲਗਾਇਆ ਗਿਆ ਹੈ ਉਹਦੇ ਬਾਰੇ ਕੀ ਸੰਦੇਸ਼ ਦਿਓਗੇ ਲੋਕਾਂ ਨੂੰ ਅਸੀਂ ਲਗਾਉਣਾ ਚਾਹੁੰਦੇ ਹਾਂ ਵੀ ਹਾਲੇ ਲੋਕ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਨੇ ਜਿੱਥੇ ਜਾਣ ਵੀ ਜਾਗਰੂਕ ਕੀਤਾ ਜਾਵੇ ਇਹਨਾਂ ਨੂੰ ਬਹੁਤ ਬਹੁਤ ਸ਼ੇਅਰ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਵੀ ਜਿਹੜੇ ਭਰੂਣ ਹੁੰਦਾ ਹੈ ਇਹ ਹੱਤਿਆ ਹੁੰਦੀ ਹੈ ਵੀ ਇਹਨੇ ਤੁਸੀਂ ਮਾਰੋ ਨਾ ਪਾਲਣਾ ਛੱਡ ਦਿਓ ਅਤੇ ਕਿਸੇ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਲੇਕਿਨ ਜਿਹੜੇ ਇਹ ਗਿਰਫਤਾਰ ਕੀਤੀ ਹੈ ਇਹ ਹੋਸਪਿਟਲ ਜਾਂ ਕੋਈ ਵੀ ਉਹਦੀ ਕਾਰਵਾਈ ਕੀਤੀ ਹੈ ਅਤੇ ਪਰਸਦ ਕੀਤਾ ਜਾਵੇ ਅਤੇ ਉਹਨੇ ਇਨਕੁਆਇਰੀ ਕੀਤੀ ਜਾਵੇ ਇਸ ਤਰ੍ਹਾਂ ਕਰਕੇ ਕੋਈ ਭਰੂਣ ਪਿਆ ਹੈਗਾ ਸਟੇਡੀਅਮ ਨਵਾਂ ਬਣ ਰਿਹਾ ਸੀ ਅਬੋਹਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਉੱਥੇ ਮੌਕੇ 'ਤੇ ਪਹੁੰਚਿਆ ਡੈਡ ਬੋਡੀ ਜਿਹੜੀ ਬੱਚੇ ਦੀ ਭਰੂਣ ਆ ਉਹਨੂੰ ਕਬਜ਼ੇ 'ਚ ਲਿਆ ਮੋਰਚਰੀ ਵਿੱਚ ਰਖਾਇਆ ਜਾਊਗਾ ਪੋਸਟਮਾਰਟਮ ਕਰਵਾਉਣੇ ਆ ਇਹਦਾ ਬਿਆਨ ਲਿਖ ਕੇ ਸਟੇਟਮੈਂਟ ਲਿਖ ਕੇ ਜੋ ਵੀ ਬਣਦੀ ਕਾਰਵਾਈ ਕਾਨੂੰਨ ਅਮਲ ਵਿੱਚ ਲਿਆਉਂਦੀ ਜਾਊ ਠੀਕ ਹੈ